ਅੱਜ ਫਾਦਰਜ਼ ਡੇ ਉੱਤੇ ਇੱਕ ਬੇਟੀ ਨੇ ਆਪਣੇ ਪਿਤਾ ਨੂੰ ਇੱਕ ਮਹਿੰਗਾ ਫੋਨ ਲੈ ਕੇ ਦਿੱਤਾ ਗਿਫਟ ਦੇਣ ਤੋਂ ਬਾਅਦ ਜਦੋਂ ਉਹਦੇ ਫਾਦਰ ਨੇ ਉਹ ਫੋਨ ਖੋਲ੍ਹਿਆ ਤੇ ਉਹਦੇ ਫਾਦਰ ਨੇ ਫੋਨ ਦੀ ਤਾਰੀਫ਼ ਕੀਤੀ ਕਿ ਇਹ ਬਹੁਤ ਸੋਹਣਾ ਫੋਨ ਆ ਤੇ ਮੈਂ ਤੇਰਾ ਬਹੁਤ ਧੰਨਵਾਦ ਕਰਦਾ ਕਿ ਤੂੰ ਅੱਜ ਦੇ ਦਿਨ ਮੈਨੂੰ ਇਹ ਗਿਫਟ ਦਿੱਤਾ ਤੇ ਨਾਲ ਹੀ ਬੇਟੀ ਨੇ ਕਿਹਾ ਕਿ ਪਾਪਾ ਤੁਸੀਂ ਅੱਜ ਇਹ ਫੋਨ ਨਾ ਵਰਤਿਓ ਮੈਂ ਇਸ ਫੋਨ ਦਾ ਕਵਰ ਆਰਡਰ ਕੀਤਾ ਹੋਇਆ ਤੇ ਜਦੋਂ ਕਵਰ ਆ ਜਾਏਗਾ ਤੁਸੀਂ ਉਸ ਤੋਂ ਬਾਅਦ ਇਸ ਫੋਨ ਨੂੰ ਯੂਜ਼ ਕਰੀ ਤੇ ਉਹਦੇ ਫਾਦਰ ਨੇ ਪੁੱਛਿਆ ਕਿਉਂ ਇਹ ਫੋਨ ਤਾਂ ਬਹੁਤ ਹੀ ਸੋਹਣਾ ਬਿਨਾ ਕਵਰ ਤੋਂ ਬਹੁਤ ਸੋਹਣਾ ਲੱਗ ਰਿਹਾ ਤੇ ਇਹਦੀ ਤਾਂ ਸ਼ੋਅ ਖਰਾਬ ਹੋ ਜੇਗੀ ਕਵਰ ਦੇ ਨਾਲ ਫਿਰ ਉਹਦੀ ਬੇਟੀ ਕਹਿੰਦੀ ਨਹੀਂ ਪਾਪਾ ਇਹਦੀ ਜਿਹੜੀ ਲਾਈਫ ਆ ਵੱਜ ਜਾਂਦੀ ਆ ਇਹ ਤੇ ਸਕਰੈਚੇਸ ਨਹੀਂ ਪੈਣਗੇ ਤੇ ਹੋਰ ਸੋਹਣਾ ਲੱਗੇਗਾ ਕਵਰ ਹੋਣ ਤੋਂ ਬਾਅਦ ਇਹ ਹੋਰ ਸੋਹਣਾ ਲੱਗੇਗਾ ਫਿਰ ਉਹਦੇ ਫਾਦਰ ਨੇ ਕਿਹਾ ਬੇਟਾ ਤੂੰ ਆਪਣੇ ਵੱਲ ਦੇਖ ਤੇ ਆਪਣੇ ਪੈਰ ਆਵੇ ਨੂੰ ਦੇਖ ਕਿ ਤੇਰੇ ਕੱਪੜੇ ਤੇਰੇ ਸਰੀਰ ਨੂੰ ਕਵਰ ਕਰ ਰਹੇ ਹਨ ਤੇਰੀ ਬਾਡੀ ਨੂੰ ਕਵਰ ਕਰ ਰਹੇ ਹਨ ਜੇ ਇੱਕ ਕਵਰ ਫੋਨ ਕਵਰ ਫੋਨ ਨੂੰ ਹੋਰ ਸੋਹਣਾ ਬਣਾ ਸਕਦਾ ਤੇ ਤੇਰੇ ਬਾਡੀ ਉੱਤੇ ਤੇਰੇ ਸਰੀਰ ਉੱਤੇ ਜੇ ਤੂੰ ਪੂਰੇ ਕੱਪੜੇ ਪਾਏਂਗੀ ਤੇ ਤੂੰ ਵੀ ਹੋਰ ਸੋਹਣੀ ਲੱਗੇਂਗੀ ਇਸ ਕਰਕੇ ਇੱਕ ਫਾਦਰ ਵੱਲੋਂ ਇਹ ਸਮਝਾਉਣ ਦਾ ਤਰੀਕਾ ਸੀ ਆਪਣੀ ਬੇਟੀ ਨੂੰ ਕਿ ਪਹਿਰਾਵਾ ਕਿਵੇਂ ਸਹੀ ਰੱਖਣਾ ਚਾਹੀਦਾ ਹੈ ਤੇ ਇੱਕ ਤਰੀਕਾ ਕਹਿ ਸਕਦੇ ਆ ਜਿਹਨੂੰ ਉਹ ਸਿਗਾ ਉਹ ਸਵਾਦ ਹੈਪੀ ਫਾਦਰਸਡੇ